ਰਾਜੀਤ ਦਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਥੈਂਕ ਯੂ ਵਾਂਸ ਅਗੇਨ ਫॉर ਯੂ ਟਾਈਮ ਥੈਂਕ ਯੂ ਵਿਜੇ ਜੀ ਤੁਹਾਡਾ ਤੇ ਕਨੈਕਟ ਐਫ ਐਮ ਦਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਅੱਛਾ ਹੁਣ ਦਸੰਦੂ ਜੀ ਆਪਾਂ ਗੱਲ ਕਰੀਏ ਹੋਮ ਵਾਰੰਟੀ ਬਾਰੇ ਕਿਉਂਕਿ ਹੋਮ ਵਾਰੰਟੀ ਸਪੈਸ਼ਲੀ ਜਦੋਂ ਕੋਈ ਵਿਅਕਤੀ ਨਵਾਂ ਕਾਰ ਖਰੀਦਦਾ ਜਿਨੇ ਲੈਟਸ ਸੇ ਪਿਛਲੇ 10 ਸਾਲਾਂ ਦੇ ਵਿੱਚ ਬਣਿਆ ਕਾਰ ਖਰੀਦਿਆ ਜਾਂ ਜਿਹੜਾ ਕੋਈ ਬ੍ਰੈਂਡ ਨਿਊ ਕਾਰ ਖਰੀਦ ਰਿਹਾ ਉਹਦੇ ਨਾਲ ਵਾਰੰਟੀ ਦੇ ਹੁਣ ਅਲੱਗ-ਅਲੱਗ ਲੈਵਲਸ ਹੁੰਦੇ ਨੇ ਉਹ ਲਿਖਿਆ ਹੁੰਦਾ ਮੈਂ ਕਿਹਾ 1 2 5 ਐਂਡ 10 ਇਹਰ ਹੋਮ ਵਾਰੰਟੀ ਮੋਸਟਲੀ 25 ਐਂਡ 10 25 ਐਂਡ 10 ਲੇਜਿਸਲੇਟਡ ਹੈ ਜੀ ਕਾਨੂੰਨ ਹੈ ਕੋ ਬਣਾਈ ਮਤਲਬ ਲਾ ਬਣਿਆ ਹੋਇਆ ਹੈ ਜੀ ਕੋ ਜੀ ਇਹਦੀ ਜ਼ਰੂਰਤ ਕਿਉਂ ਪਈ ਸੀ ਕਦੋਂ ਤੋਂ ਮਤਲਬ ਵਾਟ ਵਾਸ ਦ ਨੀਡ ਕਿ ਹੋਮ ਵਾਰੰਟੀ ਨੂੰ ਲਿਆਂਦਾ ਜਾਵੇ ਇਸ ਹਿਸਾਬ ਨਾਲ ਵੀ ਤੇ ਬੈਕ 1998 ਹੋਮ ਵਾਰੰਟੀ ਜੁਲਾਈ ਆਫ 1999 ਦੇ ਵਿੱਚ ਹੋਣ ਚਾਹੀ ਸੀ ਇਹ ਅੱਛਾ ਜੀ ਉਸ ਤੋਂ ਪਹਿਲਾਂ ਵੀ ਹੋਮ ਵਾਰੰਟੀ ਸੀਗੀ ਓਕੇ ਪਰ ਉਹ ਮੰਡਟਰੀ ਨਹੀਂ ਸੀ ਤੇ ਲੇਜਿਸਲੇਟਡ ਨਹੀਂ ਸੀ ओके ਤੁਸੀਂ ਸਾਰਿਆਂ ਨੇ ਲੀਕੀ ਕਾਂਡੋ ਸਟੇਰੀਓ ਸੁਣਿਆ ਹੋਣਾ ਯੈਸ ਹਾਂਜੀ ਤੇ ਆਈ ਲਿਵ ਇਨ ਮਨ ਆਈ ਲਿਵ ਇਨ ਪੋਰਕੋਕੁਰਲਮ ਤੇ ਉੱਥੇ ਉਹ ਲੀਕੀ ਕਾਂਡੋ ਦਾ ਕੈਪੀਟਲ ਆ ਪੋਰਕੋਕੁਰਲਮ ਅੱਜ ਤੇ ਉਦੋਂ ਵਿਜੇ ਜੀ ਉਹ ਜਿਹੜੇ ਸੀ ਨਾ ਉਦੋਂ ਸਟੱਕੋ ਜਿਹੜੀ ਸੀ ਕਿ ਜਾਂ ਆਪਾਂ ਉਹ ਕੈਲੀਫੋਰਨੀਆ ਸਟਾਈਲ ਨੂੰ ਬਿਲਡ ਕਰਕੇ ਬੀਸੀ ਦੇ ਵਿੱਚ ਰੱਖਿਆ ਸੀ ਤੇ ਆਪਾਂ ਰਿਹਨੇ ਰੇਨ ਫੋਰੈਸਟ ਦੇ ਵਿੱਚ ਇੱਥੇ ਹੂੰ ਸੋ ਉਹਦੇ ਨਾਲ ਕੀ ਹੋਇਆ ਸੀਗਾ ਵੀ ਜਿਹੜੀਆਂ ਉਦੋਂ ਮੰਡਟਰੀ ਹੋਣ ਨਾ ਹੋਣ ਕਰਕੇ ਉਦੋਂ ਸਿਰਫ ਆਪਸ਼ਨਲ ਸੀਗੀ ਫਿਰ ਉਹ ਦੇਖਿਆ ਵੀ ਕੰਜ਼ਿਊਮਰ ਨੂੰ ਕਿਦਾਂ ਪ੍ਰੋਟੈਕਟ ਕੀਤਾ ਜਾਵੇ ਹੂੰ ਹੂੰ ਸੋ ਉਦੋਂ ਇੱਕ ਐਕਟ ਬਣਾਇਆ ਸੀਗਾ ਆਪਣੇ ਆ ਬੀਸੀ ਗਵਰਨਮੈਂਟ ਐਨਡੀਪੀਸੀ ਉਦੋਂ ਜੀ ਉਹਨਾਂ ਨੇ ਬਣਾਇਆ ਸੀ ਹோம் ਵਾਰੰਟੀ ਪ੍ਰੋਟੈਕਸ਼ਨ ਐਕਟ ਉਹਨੂੰ ਸ਼ਾਰਟ ਫਾਰਮ ਵਿੱਚ ਐਚਪੀਓ ਕਹਿੰਦੇ ਹੁੰਦੇ ਸੀਗੇ ਹੂੰ ਹੂੰ ਤੇ ਉਹਦੇ ਨਾਲ ਫਿਰ ਕੀ ਹੋਇਆ ਸੀਗਾ ਉਹ ਗਵਰਨਮੈਂਟ ਬਾਡੀ ਸੀਗੀ ਤੇ ਉਹਨਾਂ ਨੇ ਕਿਹਾ ਵੀ ਹோம் ਵਾਰੰਟੀ ਜਿਹੜੀ ਆਊਗੀ ਉਹਨੂੰ 2 5 ਇਨ 10 ਕਰਨਾ ਸੀ ਓਕੇ ਸੋ ਇਟਸ ਐਕਚੁਅਲੀ 1 2 5 ਇਨ 10 ਸੋ 1 ਇਅਰ ਇਜ਼ ਮਟੀਰੀਅਲਸ ਐਂਡ ਲੇਬਰ ਓਕੇ ਸੋ ਨਵਾਂ ਘਰ ਬਣਿਆ ਮੈਂ ਤੁਹਾਨੂੰ ਘਰ ਵੇਚਿਆ ਜੀ ਬ੍ਰੈਂਡ ਨਿਊ ਜੀ ਜੋ ਵੀ ਉਸ ਘਰ ਦੇ ਵਿੱਚ ਲੱਗਾ ਜਿਹੜਾ ਮੈਂ ਲਾਇਆ ਜਾਂ ਮੇਰੇ ਕੰਟਰੈਕਟਰ ਨੇ ਲਾਇਆ ਜਾਂ ਮੇਰੇ ਟਰੇਡਸ ਨੇ ਲਾਇਆ ਹਾਂਜੀ 1 ਇਅਰ ਦੇ ਵਿੱਚ ਉਹਨੂੰ ਕੋਈ ਇਸ਼ੂ ਆ ਜਾਏ ਹੂੰ ਉਹ ਅਸੀਂ ਫ੍ਰੀ ਆਫ ਕਾਸਟ ਜਾ ਕੇ ਉਹ ਫਿਕਸ ਕਰਨਾ ਓਕੇ ਫਾਰ ਐਗਜ਼ਾਮਪਲ ਤੁਸੀਂ ਤੁਹਾਡਾ ਡੋਰ ਲੌਕ ਨਹੀਂ ਕੰਮ ਕਰਦਾ ਤੁਹਾਡੀ ਡੋਰ ਅਡਜਸਟਮੈਂਟ ਹੋਈ ਆ ਡੋਰ ਨਹੀਂ ਤੁਹਾਡੇ ਬੰਦ ਹੁੰਦੇ ਜੀ ਤੁਹਾਡੀ ਕੋਈ ਟਾਇਲ ਟੁੱਟ ਗਈ ਆ ਤੁਹਾਡੀ ਕੋਈ ਟੂਟੀ ਨਹੀਂ ਚੱਲਦੀ ਹੂੰ ਤੁਹਾਨੂੰ ਕੋਈ ਵਿੰਡੋ ਨਹੀਂ ਤੁਹਾਡੀ ਕੋਈ ਲੌਕ ਲੱਗ ਰਿਹਾ ਉਹ 1 ਇਅਰ ਦੇ ਵਿੱਚ ਆਉਂਦੀ ਹੈ ਮਟੀਰੀਅਲਸ ਐਂਡ ਲੇਬਰ ਹਾਂ ਹਾਂ ਨੰਬਰ 2 ਇਸ ਅ ਮਕੈਨੀਕਲ ਸਿਸਟਮ ਡਿਲੀਵਰੀ ਸਿਸਟਮ ਓਕੇ ਐਨੀਥਿੰਗ ਕਮਿੰਗ ਇਨਟੂ ਦਾ ਹਾਊਸ ਐਂਡ ਲੀਵਿੰਗ ਦਾ ਹਾਊਸ ਕਹਿੰਦੇ ਜੋ ਵੀ ਘਰ ਦੇ ਵਿੱਚ ਚੀਜ਼ ਆਉਂਦੀ ਆ ਜਾਂ ਬਾਹਰ ਜਾਂਦੀ ਆ ਓਕੇ ਫਾਰ ਐਗਜ਼ਾਮਪਲ ਜਿਵੇਂ ਜੀ ਵੀ ਜਦੋਂ ਹੁਣ ਜੇ ਤੁਹਾਡਾ ਕੋਈ ਮੇਰਾ ਸੀਲਿੰਗ ਫੈਨ ਨਹੀਂ ਵਰਕ ਕਰਦਾ ਹੂੰ ਹੂੰ ਤੇ ਬਿਲਡਰ ਨੂੰ ਕਾਲ ਆ ਗਈ ਆ ਬਿਲਡਰ ਨੇ ਜਾ ਕੇ ਦੇਖਣਾ ਵੀ ਪਾਵਰ ਬ੍ਰੇਕਰ ਪੈਨਲ ਤੋਂ ਲੈ ਕੇ ਸਵਿਚ ਤੱਕ ਆਉਂਦੀ ਆ ਸਵਿਚ ਤੋਂ ਲੈ ਕੇ ਪੱਖੇ ਤੱਕ ਜਾਂਦੀ ਆ ਜਾਂਦੀ ਆ ਅਗਰ ਪੱਖਾ ਨਹੀਂ ਚੱਲਦਾ ਈਅਰ 2 ਦੇ ਵਿੱਚ ਤਾਂ ਇਹਦਾ ਮਤਲਬ ਪੱਖਾ ਫਾਲਟੀ ਆ ਪਰ ਸਿਸਟਮ ਡਿਲੀਵਰੀ ਸਿਸਟਮ ਚੱਲਦਾ ਰਾਈਟ ਓਕੇ ਉਹਨਾਂ ਨੇ ਉਹ ਸਾਰਾ ਦਾ ਸਾਰਾ ਸਿਸਟਮ ਦੀ 2 ਸਾਲ ਦੀ ਗਾਰੰਟੀ ਹੈ ਉਹ 2 ਸਾਲ ਦੀ ਹੈ ਜੀ ਓਕੇ ਸੇਮ ਥਿੰਗ ਫॉर ਅਨਦਰ ਐਗਜ਼ਾਮਪਲ ਔਨ ਪਲੰਮਿੰਗ ਟਿਲ ਐਲੋ ਵੀ ਟਾਇਲਟ ਦਾ ਹੋ ਗਿਆ ਵੀ ਤੁਸੀਂ ਕਹੋ ਮੇਰੀ ਟਾਇਲਟ ਪ੍ਰੋਪਰਲੀ ਫੰਕਸ਼ਨ ਨਹੀਂ ਕਰਦੀ ਹਾਂਜੀ ਬਿਲਡਰ ਦੀ ਜ਼ਿੰਮੇਵਾਰੀ ਉਹਨੇ ਦੇਖਣਾ ਵੀ ਟਾਇਲਟ ਦੇ ਵਿੱਚ ਪਾਣੀ ਆਉਂਦਾ ਹਾਂ ਤੇ ਪਾਣੀ ਜਦੋਂ ਫਲਸ਼ ਕਰਦੇ ਜਾਂਦਾ ਅਗਰ ਸਿਸਟਮ ਚੱਲਦਾ ਤੇ ਡਿਲੀਵਰੀ ਸਿਸਟਮ ਇਟਸ ਫਾਈਨ ਟਾਇਲਟ ਇਟਸੈਲਫ ਮੇ ਨਾਟ ਬੀ ਕਵਰਡ ਇਨ ਦ ਸਕੰਡ ਯੀਅਰਸ ਰਾਈਟ ਮੇ ओके ਉਹ ਹੈ ਗਿਆ अनइंटेंडेड वाटर पेनिट्रेशन मतलब ਜਿਹੜਾ ਪਾਣੀ ਜਿਸ ਤਾਂ ਤੇ ਨਹੀਂ ਸੀ ਜਾਣਾ ਚਾਹੁੰਦਾ ਤੇ ਉੱਥੇ ਪਾਣੀ ਆ ਉਹ ਆ मतलब ਛੱਤ ਲੀਕ ਹੋ ਜੇ ਤੁਹਾਡੀ ਜੀ ਫਾਊਂਡੇਸ਼ਨ ਲੀਕ ਹੋ ਜੇ ਹਾਂ ਕਲੈਡਿੰਗ ਸਿਸਟਮ ਜਿਹਨੂੰ ਆਪਾਂ ਸਾਈਡਿੰਗ ਸਟਕੋ ਆਪਣਾ ਵਾਇਨਲ ਸਾਈਡਿੰਗ ਕਹਿੰਦੇ ਨੇ ਜਾਂ ਹਾਰਡੀ ਸਾਈਡਿੰਗ ਉਹਨ ਕਲੈਡਿੰਗ ਕਹਿੰਦੇ ਆ ਬਾਹਰੋਂ ਜੀ ਕਲੈਡਿੰਗ ਸਿਸਟਮ ਦੇ ਵਿੱਚ ਦੀ ਲੀਕ ਹੋ ਕੇ ਪਾਣੀ ਅੰਦਰ ਆ ਗਿਆ ਤੇ ਰੂਫ ਫਾਊਂਡੇਸ਼ਨ ਕਲੈਡਿੰਗ अनइंटेंडेड वाटर पेनिट्रेशन ਉਹ 5 ਸਾਲ ਦੀ ਆ ਹਾਂ ਜਿੱਦਣ ਤੋਂ ਤੁਸੀਂ ਘਰ ਦੇ ਵਿੱਚ ਪਹਿਲਾ ਬੰਦਾ ਮੂਵ ਹੋਇਆ ਉਸ ਤੋਂ ਲੈ ਕੇ 5 ਸਾਲ ਤੱਕ ਕੋਈ ਵੀ ਇਸ਼ੂ ਹੋਵੇ ਉਹ ਉੱਥੇ ਉਹਨਾਂ ਨੇ ਉਹ ਕਵਰਡ ਹੁੰਦਾ ਉਸ ਉਸ ਪਾੜ ਦੇ ਥੱਲੇ ਅੱਛਾ ਜਿਹੜੀ ਵਾਰੰਟੀ ਆਈ ਥਿੰਕ ਤੁਸੀਂ ਇੱਕ ਹੋਰ ਇੰਪੋਰਟੈਂਟ ਪੁਆਇੰਟ ਦੱਸਿਆ ਕਿ ਜਦੋਂ ਪਹਿਲਾ ਬੰਦਾ ਮੂਵ ਹੋ ਗਿਆ ਉਦੋਂ ਤੋਂ ਉਹ ਉਹਦਾ ਫਰਸਟ ਡੇ ਸ਼ੁਰੂ ਹੁੰਦਾ ਨਾਟ ਫਰਮ ਦਾ ਡੇ ਜਦੋਂ ਘਰ ਬਣ ਕੇ ਪੂਰਾ ਕੰਪਲੀਟ ਹੋ ਗਿਆ ਮੁਕੰਮਲ ਹੋ ਗਿਆ ਲੈਟਸ ਸੇ ਜੇ ਘਰ ਬਣ ਕੇ ਰੈਡੀ ਹੋਏ ਨੂੰ ਵਿਕਣ ਤੋਂ ਬਾਅਦ 4-5 ਮਹੀਨੇ ਲੱਗ ਗਏ ਹਾਂਜੀ ਤਾਂ ਉਹ 4-5 ਮਹੀਨੇ ਵਾਰੰਟੀ ਦੇ ਵਿੱਚ ਨਹੀਂ ਮੰਨੇ ਜਾਣਗੇ ਫਰਸਟ ਡੇ ਆਫ ਦਾ ਮੂਵ ਮੰਨਿਆ ਜਾਏਗਾ ਇ ओके ओके ਇਹਨੂੰ ਕਹਿੰਦੇ ਕਮਿਟਮੈਂਟ ਡੇਟ ਜੀ ਸੋ ਕਿਹੜੀ ਕਿਹੜੀ ਚੀਜ਼ ਜਿਹੜੀ ਡੇਟ ਕਮਿਟਮੈਂਟ ਡੇਟ ਨੂੰ ਟ੍ਰਿਗਰ ਕਰਦੀ ਆ ਜੀ ਅਗਰ ਕਸਟਮ ਘਰ ਬਣਾਇਆ ਮਤਲਬ ਮੈਂ ਬਿਲਡਰ ਆ ਵਿਜੇ ਜੀ ਵਾਸਤੇ ਮੈਂ ਘਰ ਬਣਾ ਰਿਹਾ ਵਿਜੇ ਜੀ ਨੇ ਰਹਿਣਾ ਹੋਵੇ ਤਾਂ ਵੀ ਠੀਕ ਆ ਜੇ ਵਿਜੇ ਜੀ ਨੇ ਗਾਹ ਵੇਚਣਾ ਤਾਂ ਵੀ ਠੀਕ ਆ ਜੀ ਅਗਰ ਵਿਜੇ ਜੀ ਨੇ ਰਹਿਣਾ ਤੇ ਜਿੱਦਣ ਉਹ ਘਰ ਰੈਡੀ ਹੋ ਗਿਆ ਚਾਹੇ ਉਹਦੀ ਅਕੂਪੈਂਸੀ ਮਿਲੀ ਹੋਵੇ ਚਾ ਨਾ ਮਿਲੀ ਹੋਵੇ ਜਿੱਦਣ ਮੈਂ ਵਿਜੇ ਜੀ ਨੂੰ ਚਾਬੀ ਦੇਤੀ ਵਿਜੇ ਜੀ ਥਿਸ ਇਜ਼ ਫॉर ਯੂ ਟੂ ਲਿਵ ਇਨ ਇਟ ਉਸ ਦਿਨ ਤੋਂ ਪੁਆਇੰਟ ਸ਼ੁਰੂ ਆ ਓਕੇ ਨੰਬਰ 2 ਅਗਰ ਵਿਜੇ ਜੀ ਕਹਿੰਦੇ ਵੀ ਮੈਂ ਉੱਪਰੋਂ ਹਜੇ ਖਾਲੀ ਪਿਆ ਮੇਰਾ ਘਰ ਤੇ ਮੈਂ ਬੇਸਮੈਂਟ ਰੈਂਟ ਕਰ ਦਿੰਨਾ। ਰਾਈਟ ਹਾਂ ਉਸ ਦਿਨ ਤੋਂ ਵੀ ਵਾਟੇ ਸ਼ੁਰੂ ਹੋਆ। ਓਕੇ। ਨੰਬਰ 3 ਅਗਰ ਵਿਜੇ ਜੀ ਕਹਿੰਦੇ ਵੀ ਮੈਂ ਇਹ ਘਰ ਬਣਵਾ ਲਿਆ ਤਾਂ ਅੱਜ ਤੋਂ ਬਣਵਾਇਆ ਸੀ ਮੈਂ ਰਹਿਣ ਵਾਸਤੇ ਪਰ ਮੇਰੇ ਸਰਕਮਸਟੈਂਸਸ ਚੇਂਜ ਹੋ ਗਏ ਪਰ ਮੈਂ ਹੁਣ ਵੇਚ ਹੀ ਦੇਣਾ ਇਹ। ਜੀ। ਫਿਰ ਵਿਜੇ ਇਜ਼ ਐਕਟਿੰਗ ਲਾਈਕ ਅ ਡਿਵੈਲਪਰ। ਸੋ ਵਿਜੇ ਨੂੰ ਡਿਵੈਲਪਰ ਦਾ ਲਾਇਸੈਂਸ ਲੈਣਾ ਪੈਣਾ ਕਿਉਂਕਿ ਵਿਜੇ ਨੇ ਲੈਂਡ ਲੈ ਕੇ ਉਹਨੂੰ ਡਿਵੈਲਪ ਕੀਤੀ ਆ ਹੁਣ ਉਹਨੂੰ ਰੀਸੇਲ ਕਰ ਰਿਆ। ਜੀ। ਸੋ ਤ ਉਨੇ ਆਪਦੀ ਜ਼ਿੰਮੇਵਾਰੀ ਪੂਰੀ ਕਰਤੀ ਜਿੱਦਣ ਉਹ ਘਰ ਰੈਡੀ ਸੀਗਾ ਉਸ ਦਿਨ ਤੋਂ ਤਾਜ ਦੀ ਬੋਟੇ ਸ਼ੁਰੂ ਆ ਕਿਉਂਕਿ ਤਾਜ ਨੇ ਉਹ ਡਿਲੀਵਰੀ ਉਹਨੂੰ ਦੇਤੀ ਆ ਹੁਣ ਵਿਜੇ ਉਹਨੂੰ ਰੱਖਦੇ ਆ ਚਲਾਉਂਦੇ ਆ ਕੀ ਕਰਦੇ ਆ ਨਹੀਂ ਰੱਖਦੇ ਉਹ ਦੈਟਸ ਫਾਈਨ ਰਾਈਟ ਸੋ ਕਸਟਮ ਹੋਮਸ ਦ ਡੇ ਸਮਬੀ ਮੂਵਸ ਇਨ ਦ ਡੇ ਦ ਫਰਸਟ ਓਕੂਪੈਂਸੀ ਹਾਪਨ ਦੈਟਸ ਦ ਕਮਿਟਮੈਂਟ ਡੇਟ ਦੈਟਸ ਅ ਕਮਿਟਮੈਂਟ ਡੇਟ ਸਪੈਕ ਹੋਮ ਮੀਨਿੰਗ ਤਾਜ ਬਿਲਟ ਤਾਜ ਬਾਡ ਲੈਂਡ ਤਾਜ ਬਿਲਟ ਹੋਮ ਫੋਰ ਸੇਲ ਹਮ ਅਗਰ ਉਹ ਮਾਰਕੀਟ ਠੰਡੀ ਪੈ ਗਈ ਤਾਂ ਸਾਲ ਖੜਾ ਰਿਹਾ ਘਰ ਹਾਂਜੀ ਜਿਸ ਦਿਨ ਤੋਂ ਟਾਈਟਲ ਟਰਾਂਸਫਰ ਹੋਣਾ ਜਾਂ ਪਹਿਲਾ ਬੰਦਾ ਮੂਵ ਹੋਣਾ ਉਸ ਦਿਨ ਤੋਂ ਕਮਿਟੀ ਸ਼ੁਰੂ ਹੁੰਦੀ ਓਕੇ ਸੋ ਜੇ ਉਹ ਸਾਲ ਖੜਾ ਰਿਹਾ ਨਾ ਜੀ ਉੱਥੇ ਜੀ ਤਾਜ ਇਹ ਨਹੀਂ ਵੀ ਜਦੋਂ ਤੋਂ ਰੈਡੀ ਹੋ ਗਿਆ ਜਾਂ ਅਕੂਪੈਂਸੀ ਮਿਲੀ ਉਦੋਂ ਤੋਂ ਮੂਵਮੈਂਟ ਸ਼ੁਰੂ ਕਰਦੇ ਨੋ ਹਾਂ ਅਗਰ ਤਾਜ ਨੂੰ ਕਰਨ ਨੂੰ ਬ੍ਰੈਂਡ ਨਿਊ ਹੀ ਵੇਚਣਾ ਵਿਦਆਊਟ ਐਨੀਬਾਡੀ ਅਕੂਪਾਈਂਗ ਦਾ ਹோம் ਜੀ ਜਿਸ ਦਿਨ ਤੋਂ ਪਹਿਲਾ ਬੰਦਾ ਉੱਥੇ ਮੂਵ ਹੋਇਆ ਜਾਂ ਟਾਈਟਲ ਟਰਾਂਸਫਰ ਹੋ ਗਿਆ ਹਮ ਮਤਲਬ ਹੁਣ ਤਾਜ ਨੇ ਇਸ ਪ੍ਰੋਜੈਕਟ ਨੂੰ ਬਣਾਇਆ ਸੀ ਹਮ ਤੇ ਉਹ ਸਾਲ ਖੜਾ ਰਿਹਾ ਮਾਰਕੀਟ ਦੇ ਵਿੱਚ ਹਮ ਤੇ ਵਿਜੇ ਜੀ ਕੈਲੀਫੋਰਨੀਆ ਰਹਿੰਦੇ ਆ ਹਮ ਤੁਸੀਂ ਟਾਈਟਲ ਮੈਥੋਂ ਲੈ ਲਿਆ ਪਰ ਤੁਸੀਂ ਅਜੇ 6 ਮਹੀਨੇ ਉੱਥੇ ਹੀ ਰਹਿਣੇ ਆਉਂਦਾ ਮੂਵ ਕੀਤੇ ਨਹੀਂ ਮੂਵ ਕੀਤੇ ਨਹੀਂ ਜਿਸ ਦਿਨ ਤੋਂ ਟਾਈਟਲ ਟਰਾਂਸਫਰ ਹੋ ਗਿਆ ਉਸ ਦਿਨ ਤੋਂ ਤੁਹਾਡੀ ਪੁਆਇੰਟ ਸ਼ੁਰੂ ਹੋ ਆਲ ਇਵਨ ਇਫ ਯੂ ਆਰ ਨਾਟ ਲਿਵਿੰਗ ਇਨ ਦਾ ਹਾਊਸ ਇਟ ਇਜ਼ ਇੰਪੋਰਟੈਂਟ ਪੁਆਇੰਟ ਸੋ ਇਹ 5 ਸਾਲ ਫਿਰ 10 ਸਾਲ ਦੇ ਵਿੱਚ ਕੀ ਕਵਰ ਹੈ ਜੀ ਓਕੇ ਸੋ 5 ਸਾਲ ਦਾ ਆਪਾਂ ਕਿਹਾ ਸੀ ਅਨਟੈਂਡਡ ਵਾਟਰ ਪੈਨੇਟ੍ਰੇਸ਼ਨ ਹਾਂਜੀ 10 ਸਾਲ ਹੈ ਕਿ ਸਟਰਕਚਰ ਓਕੇ ਸਟਰਕਚਰ ਦੇ ਵਿੱਚ ਕੀ ਹੈ ਜੀ ਲੋਡ ਪੁਆਇੰਟਸ ਲੋਡ ਬੇਰਿੰਗਸ ਫੂਟਿੰਗਸ ਪੈਡਸ ਹੂੰ ਮਤਲਬ ਜੇ ਕੋਈ ਕਿਤੇ ਪਿਆੜ ਬਹਿ ਗਿਆ ਕਿਤੇ ਪੋਸਟ ਆ ਕਿਤੇ ਬੀਮ ਆਉਂਦੀ ਆ ਵਾਲਗੜ ਰੌਂਦਾ ਉਹ ਬਹਿ ਜਾਂਦਾ ਉਹਦੇ ਨਾਲ ਉਹ 10 ਸਾਲ ਦੇ ਵਿੱਚ ਕਵਰ ਹੁੰਦਾ ਜੀ ਸੋ ਬਹੁਤ ਵੱਡੀ ਇੱਕ ਮਿਸਟੇਕ ਕਰਦੇ ਆ ਲੋਕ ਸੋਚਦੇ ਮੇਰੇ ਘਰ ਤੇ ਤਾਂ 10 ਸਾਲ ਦੀ ਵੋਨਟੀ ਹੈਗੀ ਆ ਹਾਂ ਇਹ 10 ਸਾਲ ਨੂੰ ਇਦਾਂ ਤੋੜ ਕੇ ਦੇਖਿਆ ਜਾਂਦਾ ਹਮ 1 2 5 ਇਨ 10 ਜੀ ਹਾਂਜੀ ਫਿਰ ਇਹਦੇ ਵਿੱਚ ਵੀ ਤੇ ਜੀ ਹੋਰ ਜਿਹੜੀਆਂ ਚੀਜ਼ਾਂ ਹੈਗੀਆਂ ਵਿੱਚ ਆ ਵੀ ਇਹਦੇ ਜਿੱਦਾਂ ਹੁਣ ਇੱਕ ਇਸ਼ੂ ਆਇਆ ਸੀਗਾ ਵੀ ਉਹ ਕਹਿੰਦੇ ਸੀ ਕਿ ਜਿਹੜੀ ਇਹਦਾ ਅਡਜਸਟਮੈਂਟ ਹੋਈ ਆ ਅਡਜਸਟਮੈਂਟ ਹੋਣ ਦੇ ਨਾਲ ਇਹਦਾ ਪੋਸਟ ਸੈਟਲ ਹੋ ਗਿਆ ਪੋਸਟ ਸੈਟਲ ਹੋਣ ਦੇ ਨਾਲ ਉਹ ਤੋਂ ਡਰਾਈਵ ਵਾਲ ক্রੈਕ ਹੋਗੀ ਰਾਈਟ ਓਕੇ ਵਾਟ ਇਜ਼ ਕਵਰਡ ਵਾਟਸ ਨਾ ਕਵਰਡ ਹਾਂ ਜੀ ਜੇ ਇਹਦਾ ਪੋਸਟ ਸੈਟਲ ਦੇ ਨਾਲ ਇਸ਼ੂ ਪ੍ਰੂਫ ਕਰਤਾ ਵੀ ਇਹ ਸੈਟਲ ਹੋਇਆ ਸੀ ਤੇ ਇਹਦੇ ਨਾਲ ਡੈਮੇਜ ਹੋਇਆ ਫਿਰ ਤਾਂ ਉਹ ਕਵਰਡ ਆ ਜੇ ਉਹ ਉਦਾਂ ਹੀ ਰੈਗੂਲਰ ਸੈਟਲਮੈਂਟ ਆ ਤੇ ਤੁਸੀਂ ਉਹਨੂੰ ਸਟ੍ਰਕਚਰਲ ਕਲੇਮ ਕਹੀ ਜਾ ਰਹੇ ਆ ਹਾਂ ਉਹ ਕਵਰ ਨਹੀਂ ਹੁੰਦਾ ਉਹ ਮੰਨੀ ਨਹੀਂ ਜਾਂਦੀ ਅਚਾ ਹੁਣ ਜੇ ਆਪਾਂ ਕਹਿੰਦੇ ਆ ਕਿ ਜਿਵੇਂ 5 ਇਅਰਸ ਦੇ ਵਿੱਚ ওয়াটার ਪੈਨੇਟ੍ਰੇਸ਼ਨ ਦੀ ਗੱਲ ਹੈ ਤੇ ਮੇਰੇ ਖਿਆਲੇ ਕਈ ਘਰਾਂ ਦੇ ਵਿੱਚ ਕਾਮਨ ਇਹ ਕੰਪਲੇਂਟ ਆਉਂਦੀ ਵੀ ਹੋਣੀ ਆ ਕਿ ਕਿਤੋਂ ਨਾ ਕਿਤੋਂ ਪਾਣੀ ਲੀਕ ਕਰ ਗਿਆ اسپੈਸ਼ਲੀ ਵਿਦਨ ਦ ਫਰਸਟ 5 ਇਅਰਸ ਜੇ ਅਜਿਹੀ ਸਿਚੁਏਸ਼ਨ ਬਣ ਜਾਂਦੀ ਆ ਤਾਂ ਕਈ ਵਾਰੀ ਹੋਮ ਆਨਰ ਕੋਲੋਂ ਵੀ ਗਲਤੀ ਹੋ ਜਾਂਦੀ ਆ ਆਪਣੀ ਵਾਰੰਟੀ ਉਹ ਵੌਇਡ ਕਰਾ ਲੈਂਦੇ ਨੇ ਕਿਉਂਕਿ ਆਪ ਜੇ ਕੋਈ ਠੀਆ ਠੱਪਾ ਕਰ ਲਓ ਉਹਦੇ ਨਾਲ ਸੋ ਵਾਰੰਟੀ ਵੌਇਡ ਨਾ ਹੋਵੇ ਉਤੋਂ ਬਚਣ ਲਈ ਕੀ ਕਰਨਾ ਚਾਹੀਦਾ ਜਾਂ ਕੀ ਨਹੀਂ ਕਰਨਾ ਚਾਹੀਦਾ ਆਈ ਥਿੰਕ ਦੈਟਸ ਦੈਟਸ ਅ ਮੋਰ ਰੈਲੇਵੈਂਟ ਕੁਐਸਚਨ ਵੈਰੀ ਗੁੱਡ ਹਾਂਜੀ ਬੀਜੀ ਜਿਹੜੀ ਇਹ ਕਹਿੰਦੇ ਆ ਵੀ ਜਿਹੜੀ ਜਦੋਂ ਨਾ ਗਵਰੰਟੀ ਦਾ ਕੋਈ ਵੀ ਕਲੇਮ ਆਉਂਦਾ ਹੂੰ ਉਹਦੇ ਵਿੱਚ ਬਹੁਤ ਕਲੀਅਰਲੀ ਲਿਖਿਆ ਹੋਇਆ ਜਿਹੜੀ ਉਹਨਾਂ ਦੀ ਬਾਈਬਲ ਆ ਜਾਂ ਜਿਹੜੀ ਉਹਨਾਂ ਦੇ ਕੋਡ ਐਫਿਕਸਾ ਮੈਂ ਮੇਰੇ ਖਿਲ ਤਿੰਨ ਇੱਕ ਵਾਰੀ ਟੋਟਲ ਪੜ੍ਹੀ ਆ ਜੀ ਉਹ ਕਿਉਂਕਿ ਕਾਫੀ 400 ਪੇजेस ਆ ਉਹ ਜੀ ਉਹਦੇ ਵਿੱਚ ਡਿਸਟਰਕਟਿਵ ਇਨਵੈਸਟੀਗੇਸ਼ਨ ਨਹੀਂ ਲਿਖੀ ਅਗਰ ਤੁਸੀਂ ਮੈਨੂੰ ਕਾਲ ਕਰਦੇ ਆ ਤੁਸੀਂ ਮੈਂ ਤੁਹਾਨੂੰ ਘਰ ਬਣਾ ਕੇ ਦਿੱਤਾ ਸੀਗਾ ਤੇ 3.5 ਸਾਲ ਬਾਅਦ ਤੁਹਾਡੀ ਮੈਨੂੰ ਕਾਲ ਆ ਗਈ ਆ ਤੇ ਤੁਸੀਂ ਕਹਿੰਦੇ ਆ ਵੀ ਤਾਜ ਮੈਨੂੰ ਲੱਗਦਾ ਵੀ ਮੇਰੀ ਇਸ ਖੰਧ ਦੇ ਵਿੱਚ ਪਾਣੀ ਲੀਕ ਹੋ ਰਿਹਾ ਹੂੰ ਹੂੰ ਜੇ ਤਾਂ ਅਭੀ ਉੱਥੇ ਓਬਵੀਅਸ ਹੈਗਾ ਤੇ ਉਹਦੀ ਪ੍ਰੈਜ਼ੈਂਸ ਹੈਗੀ ਆ ਫੇਰ ਤਾਂ ਪਾਣੀ ਲੀਕ ਹੋ ਰਿਹਾ ਫੇਰ ਤਾਂ ਮੈਂ ਐਜ਼ ਅ ਤਾਜ ਬਿਲਡਰ ਉੱਥੇ ਜਾਊਗਾ ਉਹਨੂੰ ਖੋਲੂੰਗਾ ਤੇ ਦੇਖੂੰਗਾ ਕੀ ਹੋਇਆ ਤੇ ਉਹਨੂੰ ਫਿਕਸ ਕਰੂੰਗਾ ਜੀ ਪਰ ਜੇ ਤੁਸੀਂ ਸੂਮ ਹੀ ਕਰ ਰਹੇ ਆ ਵੀ ਮੈਨੂੰ ਲੱਗਦਾ ਯਾਰ ਇੱਥੇ ਪਾਣੀ ਲੀਕ ਹੋ ਰਿਹਾ ਇੱਥੇ ਜਾਂ ਇੱਥੇ ਆ ਚੀਜ਼ ਹੈਗੀ ਆ ਹੂੰ ਉਹ ਚੀਜ਼ ਤਾਜ ਨੇ ਨਹੀਂ ਕਰਨੀ ਉਹ ਹੋਮ ਹੋ ਮਨਰਨ ਖੋਲੇ ਪ੍ਰੂਫ ਕਰੇ ਵੀ ਹਾਂ ਵਾਕਈ ਲੀਕ ਹੋ ਰਿਆ ਫਿਰ ਬਿਲਡਰ ਨੇ ਫਿਕਸ ਕਰਨੀ ਚੀਜ਼ ਹੋਣੀ ਚਾਹੀਦੀ ਹੈ ਜੀ ਪਰ ਅਗਰ ਤੁਸੀਂ ਤੁਹਾਨੂੰ ਲੱਗਾ ਸੀ ਕਿ ਤੁਹਾਡੀ ਛੱਤ ਲੀਕ ਹੋ ਰਹੀ ਫਾਰ ਐਗਜ਼ਾਮਪਲ ਜੀ ਤੁਹਾਡੀ ਛੱਤ ਲੀਕ ਹੋ ਰਹੀ ਤੇ ਤੁਸੀਂ ਆਪਦੇ ਕਿਸੇ ਭਾਈਵੰਦ ਨੂੰ ਫੋਨ ਕਰ ਲਿਆ ਵੀ ਆਣ ਕੇ ਮੇਰੀ ਯਾਰ ਛੱਤ ਦੇਖ ਕੇ ਜਾ ਮੈਨੂੰ ਡਾਊਟ ਆ ਵੀ ਛੱਤ ਲੀਕ ਹੋ ਰਹੀ ਆ ਉਹ ਆਇਆ ਉੱਪਰ ਚੜ੍ਹਿਆ ਉਹ ਕਹਿੰਦਾ ਹਾਂ ਜੀ ਵਿਜੇ ਜੀ ਜਿਹੜੀ ਲਾਸਟ ਨੇਰੀਆ ਸੀ ਨਾ ਉਹਦਾ ਕਰਕੇ ਦੋ ਸਿੰਗਲ ਉੱਥੇ ਟੁੱਟੇ ਸੀ ਤੇ ਆਪਾਂ ਉਹ ਰਿਪਲੇਸ ਕਰਦੇ ਆ ਓਕੇ ਪਰ ਉਹਦੇ ਨਾਲ ਥੋੜਾ ਜਿਹਾ ਸੀਲਿੰਗ ਦੇ ਵਿੱਚ ਡੈਮੇਜ ਹੋ ਗਿਆ ਹੂੰ ਤੁਸੀਂ ਸੋਚਿਆ ਵੀ ਮੈਂ ਹੋਮ ਮਾਈਟ ਨੂੰ ਗੱਲ ਕਰਦਾ ਵੀ ਹੋਮ ਮਾਈਟ ਆਪੇ ਬਿਲਡਰਾਂ ਦੇ ਦੇਖ ਕੇ ਜਾਊ ਇਹਨੂੰ ਹੂੰ ਜਿਹੜੀ ਚੀਜ਼ ਤੁਸੀਂ ਟੱਚ ਕਰ ਲਈ ਹੂੰ ਉਹ ਤੇ ਗੋਇੰਟ ਹੀ ਅਵੋਇਡ ਆ ਉਹ ਅਵੋਇਡ ਹੋਗੀ ਕਿਉਂਕਿ ਨਾਓ ਦਾ ਲਾ ਕਲੀਅਰਲੀ ਇਹ ਕਹਿੰਦਾ ਜੀ ਐਨੀਥਿੰਗ ਇਜ਼ ਬਿਲਟ ਆਦਰ ਦੈਨ ਦਾ ਬਿਲਡਰ ਔਰ ਹਿਸ ਸਬਟਰੇਡ ਔਰ ਹਿਸ ਟ੍ਰੇਡਸ is excluded from the home warranty ਹਾਂ ਉਹਦੇ ਵਿੱਚ ਕਵਰ ਨਹੀਂ ਹੋਣਾ ਅੱਛਾ ਹੁਣ ਮੰਨ ਲਓ ਜੇ ਹਰੂਫ ਵਾਲੇ ਐਗਜ਼ਾਮਪਲ ਨੂੰ ਹੀ ਕੰਟੀਨਿਊ ਕਰੀਏ ਵੀ ਜੇ 5 ਸਾਲ ਦੀ ਉਹਦੀ ਵਾਟਰ ਪੈਨੇਟ੍ਰੇਸ਼ਨ ਦੀ ਜੇ ਉਹਦੀ ਵਾਰੰਟੀ ਹੈਗੀ ਆ ਜੀ ਲੈਟਸ ਸੇ ਕਿ ਹਲੇ ਵਾਟਰ ਪੈਨੇਟ੍ਰੇਸ਼ਨ ਹੋ ਗਈ ਕਿਤੋਂ ਆ ਗਾਰਾਜ ਦੇ ਉਤੋਂ ਦੀ ਜੀ ਤੇ ਉਧਰ ਕਿਸੇ ਨੇ ਆਪਣਾ ਹੋਮ ਆਨਰ ਨੇ ਸੱਦ ਕੇ ਆਪਣਾ ਕੋਈ ਬੰਦਾ ਮਾੜਾ ਮੋਟਾ ਰਿਪੇਅਰ ਕਰਾ ਲਿਆ ਵਾਰੰਟੀ ਵਾਇਡ ਹੋ ਗਈ ਲੇਟਰ ਔਨ ਕਿਸੇ ਹੋਰ ਛੱਤ ਦੇ ਹਿੱਸੇ ਤੋਂ ਵਿਦਿਨ ਦਾ 5 ਇਅਰਸ ਉੱਥੋਂ ਤੁਹਾਰਾ ਕਿਤੇ ਉਹੋ ਜੀ ਪ੍ਰੋਬਲਮ ਆ ਜਾਂਦੀ ਹੈ ਲੈਟਸ ਸੇ ਤਾਂ ਕੀ ਉਹਨੂੰ ਵੀ ਵੋਇਡ ਮੰਨਿਆ ਜਾਏਗਾ ਜਾਂ ਫਿਰ ਉਹਨੂੰ ਹੁਣ ਵਿਦਿਨ ਦੈਟ 5 ਇਅਰ ਪੀਰੀਅਡ ਬਿਕਾਉਜ਼ ਦੈਟਸ ਓਰੀਜਿਨੇਟਿਡ ਐਟ ਅ ਨਿਊ ਪੁਆਇੰਟ ਜੇ ਉਹਦੇ ਨਾਲ ਪੰਗਾ ਨਾ ਕੋਈ ਲਾਓਗੇ ਤਾਂ ਕੀ ਫਿਰ ਉਹ ਹੋਮ ਵਾਰੰਟੀ ਦੇ ਵਿੱਚ ਕਵਰ ਹੋਏਗਾ ਨਵਾਂ ਵਾਲਾ ਪੁਆਇੰਟ ਲੀਕੇਜ ਦਾ ਜੀ ਵੈਰੀ ਗੁੱਡ ਪੁਆਇੰਟ ਯੈਸ ਜਿਹੜੀ ਚੀਜ਼ ਤੁਸੀਂ ਟੱਚ ਕੀਤਾ ਵਿਜੀ ਸਪੋਸਟਲੀ ਤੁਸੀਂ ਗਰਾਜ ਦੇ ਉੱਪਰ 4x4 ਦਾ ਏਰੀਆ ਟੱਚ ਕੀਤਾ ਸੀ ਤੁਸੀਂ ਜਾਂ ਉਹਨੂੰ ਦੁਬਾਰਾ ਫਿਕਸ ਕੀਤਾ ਹੂੰ ਉਹੀ ਐਕਸਕਲੂਡ ਹੋਇਆ ਬਾਕੀ ਤੁਹਾਡੀ ਵਾਰੰਟੀ ਰੀਇਨਸਟੇਟ ਕਰਦੀ ਹੈ ਸਾਰੀ ਰਾਈਟ ਇੱਕ ਬਹੁਤ ਵੱਡਾ ਮਸਾ ਵਿਜੀ ਮੈਨੂੰ ਨਾ ਕਾਲ ਬਹੁਤ ਆਉਂਦੀ ਹੈ ਲੋਕਾਂ ਦੀ ਪਾਜੀ ਜੇ ਅਸੀਂ ਬੇਸਮੈਂਟ ਬਣਾ ਲਈਏ ਤੇ ਸਾਡੇ ਘਰ ਦੀ ਵਾਰੰਟੀ ਅਵੋਇਡ ਹੋ ਗਈ ਆ ਹੂੰ ਕਿਉਂਕਿ ਕਈ ਵਾਰੀ ਬੇਸਮੈਂਟ ਅਨਫਿਨਿਸ਼ ਹੁੰਦੀ ਆ ਜਾਂ ਲੀਗਲ ਨਹੀਂ ਹੁੰਦੀ ਹੂੰ ਕਈ ਬਿਲਡਰ ਇਹ ਚੀਜ਼ ਨੂੰ ਹੋਮ ਆਨਰ ਤੇ ਥੋੜਾ ਜਿਹਾ ਦਬਦਬਾ ਵੀ ਪਾ ਦਿੰਦੇ ਆ ਵੀ ਵੀ ਯੂ نو ਕੁਆਇਟਰ ਰੈਂਦਾ ਵੀ ਉਹ ਤੋਂ ਬੇਸਮੈਂਟ ਬਣਾਈ ਸੀ ਇਸ ਕਰਕੇ ਸਾਰੀ ਵਾਰੰਟੀ ਵੋਇਡ ਆ ਜੋ ਜਿਹੜੀ ਚੀਜ਼ ਮੈਂ ਅੱਗੇ ਫਿਰ ਕਹਿਣਾ ਜਿਹੜੀ ਚੀਜ਼ ਬਿਲਡਰ ਨੇ ਬਣਾਈ ਆ ਜਾਂ ਬਿਲਡਰ ਦੇ ਬੰਦਿਆਂ ਨੇ ਬਣਾਈ ਆ ਉਹ ਕਵਰਡ ਆ ਜਿਹੜੀ ਚੀਜ਼ ਉਹਨੇ ਨਹੀਂ ਬਣਾਈ ਉਹ ਨਹੀਂ ਹੈਗੀ ਕਵਰਡ ਉਹ ਕਵਰਡ ਨਹੀਂ ਹੈਗੀ ਹਾਂ ਉਹਦੇ ਚ ਇੱਕ ਇੱਕ ਤੁਹਾਨੂੰ ਮੈਂ ਐਗਜ਼ਾਮਪਲ ਦਿੰਨਾ ਵੀ ਤੁਸੀਂ ਮੈਂ ਤੁਹਾਨੂੰ ਘਰ ਵੇਚਿਆ ਸੀ ਤੇ ਤੁਸੀਂ ਬੇਸਮੈਂਟ ਬਣੀ ਨਹੀਂ ਸੀ ਉਦੋਂ ਪਰ ਹੁਣ ਤੁਸੀਂ ਬੇਸਮੈਂਟ ਬਣਾ ਲਈ ਆ ਹਾਂਜੀ ਤੇ ਉਹਦੇ ਤੇ ਹੀਟ ਵੀ ਚਲਾ ਲਈਆ ਪਲੰਮਿੰਗ ਵੀ ਚਲਾ ਲਈ ਸਾਰਾ ਕੁਝ ਚਲਾ ਲਿਆ अच्छा अगर बेसमेंट ਦੇ ਵਿੱਚ ਜਿਹੜਾ ਤੁਸੀਂ ਪਲੰਮਿੰਗ ਸਿੰਕ ਲਾਇਆ ਹੂੰ ਉਹਦਾ ਕਰਕੇ ਤੁਹਾਡੇ ਸਿਸਟਮ ਚ ਕੋਈ ਮੇਲ ਫੰਕਸ਼ਨ ਹੋਇਆ ਜੀ ਉਹ ਡਿਬੇਟੇਬਲ ਆ ਜੀ ਬਾਕੀ ਕੋਈ ਇਸ਼ੂ ਨਹੀਂ ਹੋਣਾ ਤੁਹਾਡਾ ਸਾਰਾ ਕਰਕਵੜ ਹੋਗਾ ਜਸਟ ਉਹੀ ਪੋਰਸ਼ਨ ਨਹੀਂ ਕਰਕਵੜ ਹੋਣਾ ਜਿਹੜਾ ਬੇਸਮੈਂਟ ਹੈ ਅੱਛਾ ਮੰਨ ਲਓ ਪੈਟਿਓ ਆ ਪੈਟਿਓ ਤੇ ਤੁਸੀਂ ਜਦੋਂ ਬਿਲਡਰ ਨੇ ਬਣਾ ਕੇ ਦਿੱਤਾ ਓਪਨ ਪੈਟਿਓ ਸੀ ਉਹਤੇ ਬਾਅਦ ਸ਼ੀਸ਼ੇ ਲਾ ਲੇ ਤਾਂ ਉਹ ਸਨ ਰੂਮ ਬਣਾ ਲਿਆ ਜੀ ਤੇ ਹੁਣ ਜਿਹੜਾ ਪੈਟਿਓ ਦਾ ਜਿਹੜਾ ਪੋਰਸ਼ਨ ਬਿਲਡਰ ਨੇ ਬਣਾ ਕੇ ਦਿੱਤਾ ਉਹਦੇ ਵਿੱਚ ਲੈਟਸ ਸੇ ਇਨ ਈਅਰ 2 অর ਇਨ ਈਅਰ 3 ਉਹਦੇ ਚ ਕੋਈ ਚੈਲੰਜ ਆ ਜਾਂਦਾ ਹਾਂ ਬਿਕੋਜ਼ ਤੁਸੀਂ ਚੇਂਜੇਸ ਕਰ ਲਏ ਪੈਟਿਓ ਨੂੰ ਤੁਸੀਂ ਸਨ ਰੂਮ ਦੇ ਵਿੱਚ ਤਬਦੀਲ ਕਰ ਲਿਆ ਕਿ ਉਹਦੀ ਵੀ ਵਾਰੰਟੀ ਵਾਇਡ ਹੋ ਜਾਏਗੀ ਆਈ ਥਿੰਕ ਕੇਸ ਬਾਈ ਕੇਸ ਬੇਸਿਸ ਤੇ ਡਿਪੈਂਡ ਕਰੇਗਾ ਹਾਂਜੀ ਉਹ ਤੇ ਵਿਜੀ ਦੇਖੋ ਉਹਦੇ ਨਾਲ ਕੀ ਇਫੈਕਟ ਪਿਆ ਜੇ ਤਾਂ ਜਿਹੜੀ origignal ਜਿੱਦਾਂ ਪੈਟਿਓ ਸੀਗਾ ਉੱਤੇ ਤਾਂ ਥੱਲੇ ਵਾਟਰਪੂਫਿੰਗ ਹੋਈ ਸੀ ਜਾਂ ਟਾਇਲ ਲੱਗੀ ਸੀ ਜਾਂ ਉੱਤੇ ਮੈਂਬਰੇਂਡ ਸੀਗੀ ਡੈਕਿੰਗ ਸੀਗੀ ਜੀ ਹੁਣ ਜੇ ਬੰਦਾ ਕਹਵੇ ਦੇਖੋ ਜੀ ਬਿਲਡਰਾਂ ਨੇ ਕਿ ਤੁਹਾਨੂੰ ਇਹ ਕਹਵੇ ਵੀ ਤੁਸੀਂ ਸ਼ੀਸ਼ੇ ਲਾਏ ਸੀ ਤੇ ਇਸ ਕਰਕੇ ਤੁਹਾਡਾ ਡੈਕ ਲੀਕ ਹੋ ਗਿਆ ਇਟ ਡਸ ਨੋਟ ਮੇਕ ਸੈਂਸ ਹਾਂਜੀ ਹਾਂ ਉਹ ਇਹ ਕਹਿ ਸਕਦਾ ਵੀ ਇਹ ਜਿਹ ਹੁਣ ਤੁਸੀਂ ਸ਼ੀਸ਼ੇ ਲਾ ਲਿਆ ਇਸ ਕਰਕੇ ਦੇ ਵਿੱਚ ਦੀ ਹਵਾ ਨਹੀਂ ਕਰਾਸ ਹੋ ਰਹੀ ਇਹਦਾ ਕਰਕੇ ਮੌਇਸਚਰ ਬਣਿਆ ਐਚ ਵੈਲੈਂਟ ਪੁਆਇੰਟ ਜੀ ਹਾਂਜੀ ਸੋ ਬਹੁਤ ਚੀਜ਼ਾਂ ਬਿਲਕੁਲ ਕੇਸ ਪਰ ਕੇਸ ਆ ਪਰ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਜਿਹੜਾ ਤੁਸੀਂ ਮੈਂ ਹਮੇਸ਼ਾ ਇਹ ਕਹਿੰਦਾ ਹਾਂ ਹੋਮ ਆਨਰਸ ਨੂੰ ਵੀ ਤੇ ਬਿਲਡਰ ਨੂੰ ਵੀ ਹਮਮ ਅਗਰ ਕੋਈ ਕੰਮ ਤੁਸੀਂ ਗਲਤ ਕਰ ਰਹੇ ਨਾ ਜੀ ਤੁਹਾਨੂੰ ਪਤਾ ਵੀ ਕੋਡ ਦੇ ਹਿਸਾਬ ਨਾਲ ਨਹੀਂ ਸਹੀ ਹੈਗਾ ਹਮ ਉਹਨੂੰ ਅੱਖਾਂ ਮੀਚ ਕੇ ਜਾਣ ਪੁੱਝ ਕੇ ਗਲਤੀ ਨਾ ਕਰੋ ਤੁਸੀਂ ਕਰਨਾ ਨਾ ਗਲਤ ਕਰੋ ਪਰ ਉਹਨੂੰ ਸਹੀ ਤਰੀਕੇ ਨਾਲ ਗਲਤ ਕਰੋ ਮਤਲਬ ਇਹ ਸੋਚੋ ਵੀ ਜੇ ਤੁਸੀਂ ਦੂਜਰੀ ਬੇਸਮੈਂਟ ਬਣਾਉਣੀ ਹੈ ਨਾ ਜੀ ਜਿਹੜੀ ਕਿ ਬਹੁਤ ਸਾਰੇ ਘਰਾਂ ਦੇ ਵਿੱਚ ਉਹਨੂੰ ਵੀ ਲੀਗਲ ਸਵੀਟ ਉਹ ਕੋਈ ਬਣਾਓ ਰਾਈਟ ਉਹ ਇੱਕ ਵਿਜੈ 15 16 15 16 ਸਾਲ ਪਹਿਲਾਂ ਇੱਕ ਕਲੇਮ ਆਇਆ ਸੀ ਤੇ ਸਰੀ ਦੇ ਵਿੱਚ ਹੂੰ ਬੰਦੇ ਨੇ ਸਰੀ ਦੇ ਵਿੱਚ ਬੇਸਮੈਂਟ ਬਣਾਈ ਜੀ ਉਹਦੇ ਘਰ ਵਾਲੇ ਪੋਰਸ਼ਨ ਦੇ ਵਿੱਚ ਅੱਗ ਲੱਗ ਗਈ ਤੇ ਉਹ ਬੰਦੇ ਨੂੰ ਧੂਆ ਉਹਦੀ ਬੇਸਮੈਂਟ ਚਲਾ ਗਿਆ ਹੂੰ ਤੇ ਬੇਸਮੈਂਟ ਵਾਲੇ ਬੰਦੇ ਨੇ 40000 ਡਾਲਰ ਦੇ ਵਿੱਚ ਕਲੇਮ ਕਰਤਾ ਵੀ ਮੇਰੇ ਲੰਗਸ ਨੂੰ ਡੈਮੇਜ ਹੋਇਆ ਧੂਏ ਦੇ ਨਾਲ ਮੈਨੂੰ স্মੋਕ ਇਨਹੇਲੇਸ਼ਨ ਹੋਈ ਉੱਥੇ ਹੂੰ ਉਹਦੇ ਵਿੱਚ ਸਿਟੀ ਵੀ ਸੂ ਹੋਈ ਮੋਰਟ ਵੀ ਸੂ ਹੋਈ ਬਿਲਡਰ ਵੀ ਤੇ ਹੋਮ ਆਨਰ ਵੀ ਸਾਰੇ ਉਥੇ ਚਲੇ ਗਏ ਜੀ ਜੱਜ ਨੇ ਇਹ ਕਿਹਾ ਸੀ ਉਥੇ ਵੀ ਹੋਮ ਬਿਲਡਰ ਨੂੰ ਵੀ ਤੈਨੂੰ ਪਤਾ ਸੀ ਨਾ ਤੂੰ ਬੇਸਮੈਂਟ ਬਣਾ ਰਿਹਾ ਕਹਿੰਦਾ ਹਾਂਜੀ ਕਹਿੰਦਾ ਤੈਨੂੰ ਪਤਾ ਸੀਗਾ ਵੀ ਇਹਨੂੰ ਕੋਈ ਆਕੂਪਾਈ ਕਰ ਸਕਦਾ ਕਹਿੰਦੇ ਯੈਸ ਕਰ ਸਕਦਾ ਕਹਿੰਦਾ ਫਿਰ ਤੂੰ ਇਹਨੂੰ ਸਹੀ ਕਿਉਂ ਨਹੀਂ ਬਣਾਇਆ ਮਤਲਬ ਜਿਹੜੀ ਡੋਰ ਸੀ ਜਿਹੜੀ ਕਾਰਨ ਡਿਵੈਲਪਮੈਂਟ ਸ਼ੇਅਰ ਕਰਦੀ ਸੀ ਤੂੰ ਉਹਨੂੰ ਵੈਦਰ ਸੀਲਡ ਡੋਰ ਕਿਉਂ ਨਹੀਂ ਲਾਇਆ ਜਾਂ ਟਾਈਟ ਕਿਉਂ ਨਹੀਂ ਕੀਤਾ ਉਹਨੂੰ ਮਤਲਬ ਤਾਂ ਇਹ ਟਾਈਟ ਹੋਗੀ ਤਾਂ ਕਿ ਜੇ ਇਨ 45 ਮਿੰਟ ਦੀ ਸੈਪਰੇਸ਼ਨ ਦੇ ਦਿਓ ਹਮ 10 ਲੀਗਲ ਕੋਡ ਸੇਲ ਜੀ ਵੀ ਜੇ ਇੱਕ ਪਾਸੇ ਅੱਗ ਲੱਗੇ ਦੂਜੇ ਬੰਦੇ ਕੋਲੇ 45 ਮਿੰਟ 45 ਮਿੰਟ ਹੈਗੇ ਨਿਕਲਣ ਨੂੰ ਯੈਸ ਹਾਂਜੀ ਦੈਟਸ ਵਾਟ ਇਟ ਹਾਂ ਉਹ ਕਹਿੰਦੇ ਬਿਲਡਿੰਗ ਤਾਂ ਦੁਬਾਰਾ ਬਣ ਜੂ ਜੀ ਲਾਈਵ ਜਿਹੜੀ ਬੰਦਾ ਬਚਾਉਣਾ ਉਹ ਔਖਾ ਹਾਂ ਸਹੀ ਗੱਲ ਆ ਹਾਂਜੀ ਜੀ ਇਹਦੇ ਵਿੱਚ ਤੁਸੀਂ ਤਾਂ ਆਪ ਆਪਣਾ ਵਿਜੀਤ ਜੀ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਅਮ ਵੀ ਉਹ ਬਹੁਤ ਓਪਨ ਆ ਹੈ ਹਮ ਐਂਡ ਇਟਸ ਇਟਸ ਬੇਸਿਕਲੀ ਵੀ ਕਿੰਨਾ ਇਹਨੂੰ ਲੈ ਕੇ ਜਾਂਦੇ ਆ ਕਿੱਧਰਲੇ ਪਾਸੇ ਜਾਂਦੇ ਆ ਹੁਣ ਬਹੁਤ ਸਰੀਆਂ ਚੀਜ਼ਾਂ ਇੱਕ ਹੋਰ ਹੈ ਹੋਮ ਮੋਨਟੀ ਦੇ ਵਿੱਚ ਵੀ ਜਦੋਂ ਤੁਸੀਂ ਘਰ ਬਣਾਉਂਦੇ ਨਾ ਕਸਟਮ ਤੁਸੀਂ ਮੈਨੂੰ ਹਰ ਕਰ ਲਿਆ ਕਸਟਮ ਘਰ ਬਣਾਉਣ ਨੂੰ ਜੀ ਤੁਹਾਡੀ ਡੇ ਟੂ ਡੇ ਇਨਵੋਲਵਮੈਂਟ ਹੈਗੀ ਉਹਦੇ ਵਿੱਚ ਹੂੰ ਤੁਸੀਂ ਆਉਂਨੇ ਆ ਉੱਥੇ ਰੋਜ਼ ਆਉਂਨੇ ਆ ਦੇਖਦੇ ਆ ਤੁਸੀਂ ਕਹਿੰਦੇ ਤਾਜ ਮਹਿਲ ਜਿਹੜੀਆਂ ਨਾ ਆਹ ਟਾਈਲਾਂ ਹੈਗੀਆਂ ਯਾਰ ਮੈਂ ਆਪਦੀ ਚੋਇਸ ਦੀਆਂ ਲਾਉਣੀਆਂ ਹੂੰ ਜਾਂ ਮੇਰਾ ਕਜ਼ਨ ਹੈਗਾ ਉਹ ਫਲੋਰ ਪਾਉਂਦਾ ਜੀ ਓਕੇ ਅਗੇਨ ਜਿਹੜੀ ਚੀਜ਼ ਹੋਮ オーਨਰ ਨੇ ਚੂਸ ਕੀਤੀ ਆ ਬਿਲਡ ਕੀਤੀ ਆ ਹਾਂਜੀ ਡਿਜ਼ਾਈਨ ਕੀਤੀ ਆ ਉਹ ਐਕਸਕਲੂਡਡ ਹੋਮ ਵਰਕ ਦੇ ਵਿੱਚ ਹਾਂ ਬਟ 80% ਆਫ ਦਾ ਸੁਪਰਸਟਰਕਚਰ ਕੈਨ ਨਾ ਬੀ ਐਕਸਕਲੂਡਡ ਰਾਈਟ ਸੋ ਫਾਊਂਡੇਸ਼ਨ ਐਕਸਕਲੂਡ ਨਹੀਂ ਹੋ ਸਕਦੀ ਫਰੇਮਿੰਗ ਇਨਸੂਲੇਸ਼ਨ ਡਰਾਈਵਾਲ ਇਹ ਚੀਜ਼ਾਂ ਨਹੀਂ ਹਾਂ ਇਹ ਚੀਜ਼ ਐਕਸਕਲੂਡ ਨਹੀਂ ਹੋ ਸਕਦੇ ਚਾਹੇ ਕੋਈ ਬਣਾ ਲਵੇ ਉਹਨੂੰ ਜੀ ਪਰ ਜਿਹੜਾ ਫਿਨਿਸ਼ਿੰਗ ਵਰਕ ਆ ਕੈਬਨਟਸ ਹੋ ਗਈ ਫਲੋਰ ਹੋ ਗਈ ਕਾਊਂਟਰ ਟਾਪ ਹੋ ਗਏ ਉਹ ਤੁਹਾਡੀ ਚੋਇਸ ਦੇ ਹੋਗੇ ਹਮ ਇੱਕ ਚੀਜ਼ ਹੋਰ ਆ ਵਿਸੇ ਵੀ ਤੁਸੀਂ ਕਹਿ ਰਹੇ ਆ ਵੀ ਤਾਜ ਮੈਂ ਆ ਚੀਜ਼ ਬਣਾਉਣੀ ਆ ਮੈਂ ਕਹਿ ਰਿਹਾ ਵੀ ਜੀ ਇਹ ਸਹੀ ਨਹੀਂ ਹੋਣੀ। ਟੋਟਲੀ ਫਾਰ ਇਗਜ਼ਾਮਪਲ ਤੁਸੀਂ ਕਹਿੰਦੇ ਮੈਂ ਲੱਕੜ ਦੀ ਬਾਕਸ ਬਲਸ਼ ਲਾਉਣੀ ਆ। ਹਾਂ। ਮੈਂ ਕਹਿੰਦਾ ਜੀ ਜੀ ਉੱਥੇ ਤਾਂ ਉੱਥੇ ਉੱਥੇ ਬਹੁਤ ਛਿੱਟੇ ਪੈਣਗੇ। ਪਾਣੀ ਛਿੱਟੇ ਪੈ ਗਿਆ ਖਰਾਬ ਹੋ ਜਾਣਾ। ਤੁਸੀਂ ਕਹਿੰਦੇ ਨਹੀਂ ਨਹੀਂ ਯਾਰ ਮੈਂ ਦੇਖਿਆ ਸੀਗਾ ਆਪਣੇ ਪਿੰਟਰਸਟ ਤੇ ਦੇਖਿਆ ਸੀ ਬਹੁਤ ਸੋਹਣੀ ਲੱਗਦੀ ਚੀਜ਼ ਉਹ। ਹਾਂਜੀ। ਉਹ ਚੀਜ਼ ਐਕਸਕਲੂਡਡ ਹਾਊ ਮਾਰਟੀ ਦੇ ਬੱਚਾ ਕਿਉਂਕਿ ਜਿਹੜੀ ਚੀਜ਼ ਤੁਹਾਨੂੰ ਬਿਲਡਰ ਨੇ ਕਿਹਾ ਵੀ ਸਹੀ ਨਹੀਂ ਬਣ ਸਕਦੀ ਤੁਸੀਂ ਉਹਨੂੰ ਜ਼ੋਰ ਪਾਇਆ ਵੀ ਮੈਂ ਇਹੀ ਬਣਾਉਣੀ ਆ। ਹੂੰ। so in that case builder 콜 ਉਹਦਾ ਰਿਟਰਨ ਪ੍ਰੂਫ ਹੋਣਾ ਚਾਹੀਦਾ ਤਾਂ ਕਿ ਫਾਲ ਬੈਕ ਹੋਵੇ ਵੀ ਜੇ ਕੱਲ ਨੂੰ ਆਉਂਦਾ ਹੈਗਾ ਕੋਈ ਕਲੇਮ ਤਾਂ ਬਿਲਡਰ ਅਪਰੂਵ ਕਰ ਸਕੇ ਕਿ ਮੈਂ ਤਾਂ ਇਤੋਂ ਪਰੇ ਰਹਿਣ ਦੀ ਸਲਾਹ ਦਿੱਤੀ ਸੀ ਹਾਂਜੀ 100% ਜਿਹੜਾ ਵੀ ਕੋਈ ਘਰ ਬਣਦਾ ਨਾ ਵਿੱਚ ਜੀ ਹਰ ਇੱਕ ਹੋਮ ਵਾਰੰਟੀ ਦੇ ਵਿੱਚ ਇੱਕ ਇਹ ਨਦੀ ਹੁੰਦੀ ਹੈ ਵਾਕ थ्रू ਸ਼ੀਟ ਹੁੰਦੀ ਹੈ ਐਂਡ ਤੇ ਕਈ ਉਹਨੂੰ ਕਹਿ ਦਿੰਦੇ ਸੀਓਪ ਆਪਣਾ ਉਹਨੂੰ ਪੋਜੈਸ਼ਨ ਕੰਪਲੀਸ਼ਨ ਪੋਜੈਸ਼ਨ ਸਰਟੀਫਿਕੇਟ ਹੈਗਾ ਤੇ ਆਪਣਾ ਆਕੂਪੈਂਸੀ ਪੋਜੈਸ਼ਨ ਹੈਗਾ ਵਾਕ थ्रू ਲਿਸਟ ਹੈਗੀ ਆ ਜੀ ਜਦੋਂ ਵੀ ਤੁਸੀਂ ਕੋਈ ਨਵਾਂ ਕਰ ਲੈਣਾ ਜਾਂ ਤੁਸੀਂ ਬਣਵਾਇਆ ਮੂਵ ਹੋਣ ਤੋਂ ਪਹਿਲਾਂ ਆਪਣੇ ਬਿਲਡਰ ਨਾਲ ਵਕਤ ਤੁਰੂ ਕਰੋ ਹੂੰ ਉਹਦੇ ਕਾਲਮ ਬਾਈ ਕਾਲਮ ਟੈਕਸ਼ੀਡ ਮਿਲਦੀ ਹੈ ਉਹ ਤੁਸੀਂ ਕਰੋ ਕਿਉਂਕਿ ਤੁਸੀਂ ਇਹ ਦੇਖੋ ਵੀ ਜਦੋਂ ਬਿਲਡਰ ਨੇ ਤੁਹਾਨੂੰ ਇਹ ਕਰ ਦਿੱਤਾ ਸੀ ਉਹ ਕਿਹੜੀ ਸ਼ੇਪ ਦੇ ਵਿੱਚ ਸੀ ਉਹ ਕਰ ਹੂੰ ਮਗਰੋਂ ਤਾਂ ਕਿ ਜਿਹੜਾ ਤੁਹਾਡਾ ਡੈਮੇਜ ਆ ਤੁਸੀਂ ਬਿਲਡਰ ਦੇ ਗੱਲ ਨਾਲ ਪਾ ਸਕੋ ਤੇ ਜਿਹੜਾ ਬਿਲਡਰ ਤੋਂ ਰਹਿ ਗਿਆ ਉਹ ਤੇ ਤੁਹਾਡੀ ਲਾਇਬਿਲਟੀ ਨਾ ਹੋ ਜੀ ਅੱਛਾ ਇੱਕ ਹੁਣ ਗੱਲ ਹੋ ਰਹੀ ਹੈ ਕਿਉਂਕਿ ਜਦੋਂ ਮਾਰਕੀਟ ਬੜੀ ਇਸ ਵੇਲੇ ਹੌਟ ਹੈਗੀ ਹੈ ਤੇ ਘਰ ਥੜਾ ਥੜਾ ਵਿਕ ਰਹੇ ਨੇ ਬਹੁਤ ساری ਕੰਸਟਰਕਸ਼ਨ ਪਿਛਲੇ 5 7 10 ਸਾਲਾਂ ਦੇ ਵਿੱਚ ਹੋਈ ਆ ਹੁਣ فرض ਕਰੋ ਕਿਸੇ ਵਿਅਕਤੀ ਨੇ ਘਰ ਖਰੀਦਿਆ 3 ਸਾਲ ਪਹਿਲਾਂ ਘਰ ਬਣਿਆ ਸੀ ਉਹ ਜੀ ਤੇ ਉਹਨਾਂ ਨੇ ਵੀ ਦੇ ਆਰ ਲੈਟਸ ਸੇ फोर्थ ਮੇਬੀ ਥਰਡ ਓਨਰਸ ਆਫ ਦੈਟ ਹਾਊਸ ਜੀ ਹਰ ਸਾਲ ਉਹ ਘਰ ਵਿਕਦਾ ਰਿਹਾ ਜੀ ਹੁਣ ਜਿਹੜੀ ਹੋਮ ਵਾਰੰਟੀ ਆ ਦੈਟ ਗੋਜ਼ ਵਿਦ ਦੀ ਪ੍ਰੋਪਰਟੀ ਨਾਟ ਵਿਦ ਦੀ ਓਨਰ ਆਫ ਦ ਹਾਊਸ ਦੈਟਸ ਰਾਈਟ ਸੋ ਉਹਦਾ ਵੀ ਕੋਈ ਕਾਗਜ਼ ਪੱਤਰ ਕੋਈ ਕੰਮ ਕਰਨਾ ਹੁੰਦਾ ਕਿ ਟ੍ਰਾਂਸਫਰ ਇਹ ਪ੍ਰੋਪਰਟੀ ਦੇ ਨਾਲ ਆਟੋਮੈਟਿਕਲੀ ਹੋ ਜਾਂਦੀ ਆ ਵਿਜੇ very good point ਆ ਇਹ ਜਿਹੜਾ ਗਾਰੰਟੀ ਹੈ ਨਾ ਇਸਟੇਜ਼ ਵਿਦ ਅ ਪ੍ਰੋਪਰਟੀ ਸਟੇਜ਼ ਵਿਦ ਹਾਊਸ ਹਮ ਓਨਰ ਕੈਨ ਮੂਵ ਹਮ ਸੋ ਨਾਰਮਲੀ ਜਿਹੜੇ ਹੋਮ ਗਾਰੰਟੀ ਵਾਲੇ ਨੇ ਕਿ ਤੁਹਾਨੂੰ ਸਟicker ਦਿੰਦੇ ਆ ਜੀ ਤੇ ਉਹ ਬਿਲਡਰ ਨੂੰ ਰਿਕਵੈਸਟ ਕਰਦੇ ਆ ਜਾਂ ਹੋਮ ਆਨਰ ਜਿਹਨੂੰ ਵੀ ਪਾਲਿਸੀ ਜਾਂਦੀ ਆ ਤੁਹਾਨੂੰ ਮੈਂ ਅੱਜ ਘਰ ਵਿੱਚ ਆ ਮੇਰੀ ਫਰਸਟ ਨੂੰ ਹਮ ਤੇ ਤੁਹਾਨੂੰ ਜਦੋਂ ਤੁਹਾਡਾ ਨਾ ਵਾਕ थ्रू ਕਰਕੇ ਉਹ ਮੈਂ ਲਿਸਟ ਭੇਜੀ ਆ ਤੇ ਉਹਨੂੰ ਕੰਪਲੀਸ਼ਨ ਸਰਟੀਫਿਕੇਟ ਦੇਤਾ ਉਹਨਾਂ ਨੂੰ ਉਸ ਦਿਨ ਤੋਂ ਹੋਮ ਗਾਰੰਟੀ ਨੂੰ ਪਤਾ ਲੱਗ ਗਿਆ ਵੀ ਇੱਥੇ ਕਿਹੜੀ ਰੈਂਟ ਨੂੰ ਬੰਦਾ ਮੂਵ ਹੋਇਆ ਪਹਿਲਾਂ ਰਾਈਟ ਤੁਹਾਡੇ ਸਿਗਨੇਚਰ ਵੀ ਹੋਣੇ ਆ ਤੇ ਬਿਲਡਰ ਦੇ ਵੀ ਹੋਣ ਉਸ ਦਿਨ ਤੋਂ ਕਮਿਸ਼ਨਮੈਂਟ ਡੇਟ ਹੋ ਗਈ ਉਹ ਹੂੰ ਉਹਦੇ ਤੇ ਚਾਰ ਹੁੰਦੀਆਂ ਡੇਟਸ ਵੀ ਕਿਹੜੀ ਡੇਟ ਦਾ ਫਰਸਟ ਇਅਰ ਐਂਡਿੰਗ ਕਿੱਥੇ ਦੀ ਸੈਕੰਡ ਇਅਰ ਦੀ ਐਂਡਿੰਗ ਕਿੱਥੇ ਆ 5th ਇਅਰ ਦੀ ਕਿੱਥੇ ਆ 10th ਇਅਰ ਦੀ ਕਿੱਥੇ ਆ ਓਕੇ ਤੇ ਉਹ ਪ੍ਰੋਪਰਟੀ ਤੇ ਕਿਤੇ ਸਟicker ਲੱਗਾ ਹੋਊਗਾ ਉਹ ਉਹ ਜਿਹੜਾ ਉਹ ਰეკਮੈਂਡ ਕਰਦੇ ਵੀ ਜਿਹੜਾ ਸਟicker ਆ ਉਹ ਇਲੈਕਟ੍ਰੀਕਲ ਪੈਨਲ ਤੇ ਲਾ ਦਿਓ ਕਿਉਂਕਿ ਮੋਸਟ ਆਪਣਾ ਵਿਜ਼ੀਬਲ ਹੁੰਦਾ ਉੱਥੇ ਵੀ ਅਗਲੇ ਨੂੰ ਹੁੰਦਾ ਹਾਂਜੀ ਪਰ ਉਹਦੇ ਤੇ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਚੌਥੇ ਓਨਰ ਆ ਤੇ ਤੁਹਾਨੂੰ ਕੋਈ ਡਾਊਟ ਆ ਹੂੰ ਤੁਸੀਂ ਪਤਾ ਕਰੋ ਵੀ ਇੱਥੇ ਹੋਮ ਰਾਈਟ ਕੀ ਦੀ ਆ ਹਮਮ ਸਰਚ ਵੀ ਹੋ ਜਾਂਦੀ ਆ ਉਹਨੂੰ ਬਿਲਡਰ ਰਜਿਸਟਰੀ ਕਹਿੰਦੇ ਆ ਤੁਸੀਂ ਐਚਪੀਓ ਦੇ ਜਾ ਕੇ ਬਿਲਡਰ ਰਜਿਸਟਰੀ ਤੇ ਆਪਦਾ ਘਰ ਦਾ ਐਡਰੈਸ ਪਾ ਦਿਓ ਉਹ ਤੁਹਾਨੂੰ ਬਿਲਡਰ ਦਾ ਡਾਟਾ ਕੱਢ ਕੇ ਦੇ ਦਿੰਦੇ ਆ ਵੀ ਕਿਹੜੇ ਬੰਦੇ ਨੇ ਘਰ ਬਣਾਇਆ ਸੀ ਇਹ ਤੇ ਕਦੋਂ ਦੀ ਇਕਮਨਸਮੈਂਟ ਡੇਟ ਸੀ ਉਹ ਤੇ ਇਹ ਵੀ ਲਿਖਿਆ ਹੁੰਦਾ ਮੇਰਾ ਅਗਲਾ ਸਵਾਲ ਇਹੋ ਸੀ ਕਈ ਵਾਰੀ ਹੁੰਦਾ ਕੀ ਆ ਕਿ ਤੀਜਾ ਚੌਥਾ ਜੋ ਹੋਮ ਆਨਰ ਹੋਵੇ ਤੇ ਘਰ ਬਣਿਆ ਲੈਸੇ 3-4 ਸਾਲ ਪਹਿਲਾਂ ਹੀ ਜਦੋਂ ਵਾਰੰਟੀ ਦੀ ਗੱਲ ਆਉਂਦੀ ਆ ਫਿਰ ਇਹੀ ਨਹੀਂ ਪਤਾ ਲੱਗਦਾ ਬਿਲਡਰ ਕੌਣ ਸੀ ਕਿਉਂਕਿ ਤੁਹਾਡਾ ਰੈਫਰੈਂਸ ਪੁਆਇੰਟ ਹੁੰਦਾ ਉਹ ਰੀਅਲਟਰ ਰੀਅਲਟਰ ਦਾ ਰੈਫਰੈਂਸ ਪੁਆਇੰਟ ਹੁੰਦਾ ਲਿਸਟਿੰਗ ਰੀਅਲਟਰ ਐਂਡ ਉਹ ਟਰੈਕ ਡਾਊਨ ਕਰਨਾ ਬੜਾ ਮੁਸ਼ਕਲ ਹੋ ਸਕਦਾ ਸੋ ਇਟਸ ਨਾਟ ਐਸ ਡੌਂਟਿੰਗ ਜਿਵੇਂ ਤੁਸੀਂ ਦੱਸਿਆ ਕਿ ਆਨਲਾਈਨ ਉਹਨੂੰ ਬਿਲਡਰ ਰਜਿਸਟਰੀ ਕਹਿੰਦੇ ਬਿਲਡਰ ਰਜਿਸਟਰੀ ਤੋਂ ਪਤਾ ਲੱਗ ਜਾਣਾ ਉਹਦੇ ਨਾਲ ਦੋਨੇ ਪਾਸੇ ਹੋ ਜਾਂਦੇ ਆ ਜੇ ਤੁਸੀਂ ਬਿਲਡਰ ਨੂੰ ਜਾਣਦੇ ਆ ਤੁਸੀਂ ਇਹ ਦੇ ਸਕਦੇ ਹੋ ਵੀ ਬਿਲਡਰ ਨੇ ਕਿਹੜੇ ਕਿਹੜੇ ਘਰ ਬਣਾਏ ਆ ਹਮ ਤੇ ਜੇ ਤੁਹਾਨੂੰ ਘਰ ਦਾ ਐਡਰੈਸ ਪਤਾ ਤੇ ਉਹ ਤੋਂ ਤੁਸੀਂ ਬਿਲਡਰ ਲੱਭ ਸਕਦੇ ਹੋ ਵੀ ਕੌਣ ਆ ਓਕੇ ਉਹ ਤੁਹਾਨੂੰ ਇਹ ਵੀ ਦੱਸ ਸਕਦਾ ਵੀ ਇਹ ਬਿਲਡਰ ਐਕਟਿਵ ਹੈਗਾ ਜਾਂ ਬਿਲਡਰ ਇਹ ਆਪਣਾ ਇਹਦਾ ਲਾਇਸੈਂਸ ਆਪਣਾ ਐਕਸਪਾਇਰਡ ਹੋਇਆ ਜਾਂ ਡੈੱਡ ਹੋਇਆ ਹੋਇਆ ਇਹਦਾ ਲਾਇਸੈਂਸ ਜੀ ਉਸ ਦਿਨ ਤੋਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹ ਇੱਥੇ ਕਮਿੰਸਮੈਂਟ ਡੇਟ ਕਦੋਂ ਹੋਈ ਸੀ ਅੱਛਾ ਹੁਣ ਜੇ ਫਾਰਮ ਹੈਗਾ ਵੀ ਜੀ ਸੌਰੀ ਜਸਟ ਵੈਰੀ ਇੰਪੋਰਟੈਂਟ ਇੱਕ ਫਾਰਮ ਹੈਗਾ ਤੁਸੀਂ ਆਈ ਥਿੰਕ ਦੇ ਚਾਰਜ ਅਬਾਊਟ 25 ਬਾਕਸ ਉਹ ਮਾਰਡ ਜਿਹੜੀ ਹੈਗੀ ਆ ਲਾਸਟ ਨੋਨ 25 ਸੀਗੇ ਉਹ ਤੁਹਾਨੂੰ ਪਰਦੋ ਉਹ ਤੁਹਾਨੂੰ ਪਾਲਿਸੀ ਦੁਆਰਾ ਭੇਜ ਦਿੰਦੇ ਆ। ਅੱਛਾ ਹੁਣ ਜੇ ਬਿਲਡਰ ਆਊਟ ਆਫ ਬਿਜ਼ਨਸ ਹੋ ਗਿਆ। ਹਾਂਜੀ। ਵਾਰੰਟੀ ਹੈਗੀ ਆ। ਹਾਂਜੀ। ਬਿਲਡਰ ਕਹਿੰਦਾ ਮੈਂ ਕੰਮ ਹੀ ਨਹੀਂ ਕਰਦਾ ਹੁਣ ਉਹ ਕੰਪਨੀ ਬੰਦ ਆ। No problem। ਤੇ ਫੇਰ ਕੌਣ ਕਰੂਗਾ ਕੰਮ ਹੋ ਸਕੇ? ਉਹ ਵਾਰੰਟੀ। ਦੈਟਸ ਵਾਈਟ ਇਟਸ ਅ ਥਰਡ ਪਾਰਟੀ। ਸੋ ਉਹਨਾਂ ਦੀ ਜਿਹੜੀ ਡੀਲਿੰਗ ਹੁੰਦੀ ਆ ਨਾ ਜੀ। ਦੇਖੋ ਇਹ ਜਿਹੜੀ ਵਾਰੰਟੀ ਆ ਇਹ ਪਹਿਲਾ ਸ਼ਾਰਟ ਹੁੰਦਾ ਬਿਲਡਰ ਨੇ ਫਿਕਸ ਕਰਨਾ। ਹਮ। ਅਗਰ ਬਿਲਡਰ ਡਿਨਾਈ ਕਰਦਾ। ਜਦੋਂ ਕੋਈ ਵੀ ਉੱਥੇ ਇਸ਼ੂ ਆਉਂਦਾ ਜੀ ਉਹ ਤੁਹਾਨੂੰ ਤੁਸੀਂ ਰਿਟਰਨ ਦੇ ਵਿੱਚ ਉਹਨਾਂ ਨੂੰ ਕੰਪਲੇਨਟ ਉਹ ਬਿਲਡਰ ਨੂੰ ਲੈਟਰ ਫਾਰਵਰਡ ਕਰਦੇ ਆ। ਹੂੰ ਬਿਲਡਰ ਨੂੰ 15 ਦਿਨ ਦਿੰਦੇ ਆ ਵੈਲਿਊਏਸ਼ਨ ਕਰਨ ਨੂੰ ਜਾਂ ਉਹਦੀ ਕਮਬੈਕ ਟੂ ਇਟ ਫਿਰ ਬਿਲਡਰ ਕੋਲੇ 45 ਡੇਸ ਹੁੰਦਾ ਰਿਪੇਅਰ ਕਰਨ ਨੂੰ। ਉਹ 45 ਚੇਂਜ ਹੋ ਸਕਦੇ ਆ ਵੈਦਰ ਪੈਂਡਿੰਗ ਮਟੀਰੀਅਲ ਕੋਵਰਡ ਬਹੁਤ ਕੁਝ ਹੁੰਦਾ। ਉਹ ਤੁਹਾਡੀ ਤੇ ਹੋਮ ਆਨਰ ਦੀ ਪਰਫਾਰਮੈਂਸੀ ਦੀ ਐਜ਼ ਅ ਬਿਲਡਰ ਹੋਮ ਆਨਰ ਤੇ ਹੋਮ ਵਾਰੰਟੀ ਦੀ ਜੁਆਇੰਟ ਕਮਿਊਨੀਕੇਸ਼ਨ ਹੈ ਕਿ ਅਭੀ ਕਿਹੜੇ ਰੀਜ਼ਨ ਕਰਕੇ ਅਸੀਂ ਇੱਥੇ ਨਹੀਂ ਜਾ ਰਹੇ ਜਾਂ ਅਸੀਂ ਸਪਲਾਈ ਦੀ ਵੇਟ ਕਰਦੇ ਆ ਜਾਂ ਇੱਕ ਵੇਲੇ ਚੰਗੇ ਦਿਨ ਹੋਣਗੇ ਉਦੋਂ ਅੰਦਰ ਜਾਵੋ ਨਾ। ਰਾਈਟ ਅਨਲੈਸ ਇਟ ਇਜ਼ ਅਰਜੈਂਟ ਬੰਦੇ ਕਹਿੰਦੇ ਵੀ ਠੀਕ ਆ ਨਹੀਂ ਅਗਲਾ ਕੰਦਾ ਵੇਟ ਕਰ ਲਓ ਠੀਕ ਆ ਜੀ ਪਰ ਉਹ ਜਿਹੜੀ ਉੱਥੇ ਜਦੋਂ ਵਾਕ थ्रू ਲਿਸਟ ਦੇ ਵਿੱਚ ਉਹ ਚੀਜ਼ ਆ ਜਾਂਦੀ ਹੈ ਜਦੋਂ ਤੁਸੀਂ ਕਰਦੇ ਆ ਜੀ ਹੁਣ ਉਹ ਰਿਪੇਅਰ ਜਿਹੜੀ ਹੈਗੀ ਆ ਬਿ ਬਿਲਡਰ ਭੱਜ ਗਿਆ ਬੇਜਨ ਚੋਂ ਹਾਂ ਹਮ ਹੋਮ ਵਾਰੰਟੀ ਨੂੰ ਉੱਥੇ ਸਟੈਕ ਅਪ ਕਰਨਾ ਪੈਂਦਾ ਦਸਪੋਟ ਦੇਰ ਜੌਬ ਦੈਟਸ ਵਾਈ ਥੇਰ ਇਜ਼ ਅ ਥਰਡ ਪਾਰਟੀ ਆਦਰਵਾਇਜ਼ ਨਾ ਬਿਲਡਰ ਖੁਦ ਹੀ ਕਿਉਂ ਨਾ ਕਹਿਣ ਵੀ ਅਸੀਂ ਹੈਗੇ ਆ ਜੀ ਜੀ ਤੇ ਉਹ ਬਿਲਡਰ ਨੂੰ ਕਹਿੰਦੇ ਜੇ ਬਿਲਡਰ ਨੇ ਕਰਨਾ ਠੀਕ ਆ ਨਹੀਂ ਉਹਨਾਂ ਦਾ ਲਿਖਿਆ ਹੁੰਦਾ ਇੰਡੈਮਿਟੀ ਹੁੰਦੀ ਆ ਔਰ ਇੱਕ ਚੀਜ਼ ਮੈਂ ਤੇ ਵੀ ਕਲੀਅਰ ਕਰ ਦਿਆਂ ਵੀ ਜਦੋਂ ਤੁਹਾਡੇ ਨਾਲ ਕੰਟਰੈਕਟ ਕਰਦੀ ਹੈ ਹੋਮ ਵਾਰੰਟੀ ਹਾਂਜੀ ਜਿਹੜੀ 셔ਟ ਪਾਈ ਹੈ ਨਾ ਵਿਜੇ ਜੀ ਜੇ ਇਸ ਤੇ ਵਾਂਟਡ ਇਹ ਵੀ ਲੈ ਸਕਦੇ ਹੋ ਹੂੰ ਕਿਉਂਕਿ ਹਰ ਇੱਕ ਘਰ ਦੇ ਉੱਤੇ ਮੈਕਸਮਮ 200000 ਡਾਲਰ ਦੀ ਪਾਲਿਸੀ ਹੁੰਦੀ ਹੈ ਹੂੰ ਸੋ ਜੇ ਹੋਮ ਵਾਰੰਟੀ ਤੁਹਾਡੇ ਘਰ ਦੇ ਵਿੱਚ ਕੋਈ ਇਸ਼ੂ ਆ ਜਾਏ ਹੂੰ ਉਹਨਾਂ ਨੇ ਅਣਕੇ ਉੱਤੇ ਰਿਪੇਅਰ ਕਰਨੀਆਂ ਵੱਧ ਤੋਂ ਵੱਧ ਉਹ 2 ਲੱਖ ਡਾਲਰ ਖਰਚ ਸਕਦੇ ਉੱਤੇ ਅਣਕੇ ਓਕੇ ਤੇ ਉਹਨਾਂ ਨੇ ਬਿਲਡਰ ਤੋਂ ਰਿਕੂਪ ਕਰਨਾ ਉਹ ਉਹਨਾਂ ਦੀ ਪ੍ਰੋਬਲਮ ਹੈ ਵੀ ਕਿਵੇਂ ਲੈਣਾ ਹੂੰ ਸੂ ਕਰਕੇ ਲੈਣਾ ਉਹਦੀ ਪ੍ਰਾਪਰਟੀ ਚੋਂ ਲੈਣਾ ਵਾਟ ਐਵਰ ਵਿਚ ਐਵਰ ਵਾਹ ਜੀ ਤਾਂ ਹੀ ਜਦੋਂ ਤੁਸੀਂ ਨਵਾਂ ਲਾਇਸੈਂਸ ਲੈਣੇ ਐਜ਼ ਅ ਬਿਲਡਰ ਹੂੰ ਉਹ ਦੇਖਦੇ ਆ ਵੀ ਤੁਹਾਡੇ ਕੋਲੇ ਐਸੈਟਸ ਕਿੰਨੇ ਆ ਉਹ ਸਟ੍ਰਿੰਜੈਂਟ ਬਹੁਤ ਹੈ ਤਾਯੋ ਪ੍ਰੋਸੈਸ ਜੀ ਤਾਂ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸਮਾਂ ਹੁਣ ਹੋਰ ਇਜਾਜ਼ਤ ਨਹੀਂ ਦਿੰਦਾ ਪਰ ਯੂਵ ਸ਼ੇਅਰਡ ਸਮ ਫੀਨੋਮੈਨਲ ਪ੍ਰੈਕਟੀਕਲ ਗੁੱਡ ਇਨਫੋਰਮੇਸ਼ਨ ਐਜ਼ ਆਲਵੇਸ ਜ